ਆਪਰੇਸ਼ਨ ਬਲੂ ਸਟਾਰ ਕੱਲੂਕਾਰਾ ਜਦੋਂ ਅਸੀਂ ਇਸ ਬਾਰੇ ਪੜ੍ਹਦੇ ਤਾਂ ਸਾਨੂੰ ਅਲੱਗ ਅਲੱਗ ਪੱਖ ਤੇ ਅਲੱਗ ਅਲੱਗ ਤੱਥ ਦੇਖਣ ਨੂੰ ਮਿਲਦੇ ਆ ਪਰ ਉਸ ਵਕਤ ਦੇ ਵਿੱਚ ਅਸਲੀਅਤ ਦੇ ਵਿੱਚ ਵਾਪਰਿਆ ਕੀ ਸੀ ਘਟਨਾਵਾਂ ਕਿਸ ਤਰ੍ਹਾਂ ਅੱਗੇ ਵਧੀਆਂ ਆਖਿਰਕਾਰ ਆਪਰੇਸ਼ਨ ਬਲੂ ਸਟਾਰ ਕੱਲੂਕਾਰੇ ਦੀ ਨੌਬਤ ਕਿਉਂ ਆਈ ਇੰਦਰਾ ਗਾਂਧੀ ਦਾ ਕੀ ਰੋਲ ਸੀ ਭਿੰਡਰਾ ਵਾਲੇ ਦਾ ਇਸ ਵਿੱਚ ਕੀ ਰੋਲ ਸੀਗਾ ਤਮਾਮ ਚੀਜ਼ਾਂ ਉੱਪਰ ਗੱਲਬਾਤ ਕਰਾਂਗੇ ਜਸਪਾਲ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਜਿਨ੍ਹਾਂ ਨੇ ਉਹ ਮੌਕੇ ਵਾਰਦਾਤ ਨੂੰ ਕਵਰ ਕੀਤਾ ਬਕਾਇਦਾ ਅਖਬਾਰਾਂ ਦੇ ਵਿੱਚ ਲਿਖਿਆ ਗੱਲਬਾਤ ਕਰ ਲੈਂਦੇ ਸਿੱਧੂ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਧੰਨਵਾਦ ਜਦੋਂ ਅਸੀਂ ਕਿਤਾਬਾਂ ਫਰੋਲਦੇ ਹਾਂ ਸਾਨੂੰ ਦੋ ਦੋ ਪੱਖ ਦੇਖਣ ਨੂੰ ਮਿਲਦੇ ਆ ਇੱਕ ਤਾਂ ਪ੍ਰੋ ਸਰਕਾਰ ਦਾ ਪੱਖ ਹੁੰਦਾ ਅਤੇ ਇੱਕ ਉਹ ਪੱਖ ਹੁੰਦਾ ਜਿਹੜਾ ਪ੍ਰੋ ਸਿੱਖ ਪੱਖ ਵੀ ਮੰਨਿਆ ਜਾਂਦਾ ਜਾਂ ਆਪਾਂ ਨੂੰ ਕੋਈ ਵੀ ਲਫ਼ਜ਼ ਦੇ ਦਈਏ ਪਰ ਐਕਚੁਅਲ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਆਪਰੇਸ਼ਨ ਬਲੂ ਸਟਾਰ ਦੀ ਨੌਬਤ ਤੁਹਾਨੂੰ ਕੀ ਲੱਗਦਾ ਕਿਉਂ ਆ ਗਈ ਸੀ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਮੈਂ ਦੱਸਣਾ ਚਾਹੁੰਦਾ ਜੀ ਮੈਂ UNI ਦੇ ਪੱਤਰਕਾਰ ਦੇ ਤੌਰ 'ਤੇ ਉੱਥੇ ਜਿਹੜਾ 4 ਅਗਸਤ 1982 ਨੂੰ ਮੋਰਚਾ ਲੱਗਿਆ ਸੀ ਅਤੇ ਮੋਰਚਾ ਬਲੂ ਸਟਾਰ ਹੋਣ ਤੱਕ ਦਰਬਾਰ ਸਾਹਿਬ 'ਤੇ ਹਮਲਾ ਹੋਣ ਤੱਕ 22 ਮਹੀਨੇ ਚੱਲਿਆ ਉਹਨਾਂ ਦਿਨਾਂ 'ਚ ਮੈਂ ਰਿਪੋਰਟਿੰਗ ਉੱਥੇ ਕੀਤੀ ਹੈ ਸਾਰਾ ਧਰ ਜਦੋਂ ਮੋਰਚੇ ਦੀ ਅਤੇ ਉੱਥੇ ਵੀ ਉਹਨਾਂ ਦਿਨਾਂ 'ਚ ਉੱਥੇ ਹੀ ਸੀ ਮੈਂ ਬਾਅਦ 'ਚ ਵੀ ਉੱਥੇ ਸੀ ਜਿਹੜਾ ਖਾਸ ਕਰਕੇ ਮੀਡੀਆ ਨੇ ਉਹਨਾਂ ਦਿਨਾਂ ਵਿੱਚ ਨੈਰੇਟਿਵ ਸਿਰਜਿਆ ਬਾਹਰ ਬੰਨਿਆ ਜਿਹੜਾ ਸਾਰਾ ਜਿਹੜਾ ਅੱਜ ਤੱਕ ਉਦੋਂ ਪਿੱਛੋਂ ਕਈ ਕਿਤਾਬਾਂ ਨੇ ਵੀ ਬੰਨਿਆ ਜਿਹੜੀਆਂ ਉਹ ਅਸੀਂ ਉਸਨੂੰ ਰਾਸ਼ਟਰਵਾਦੀ ਵਿਊ ਕਹਿੰਦੇ ਹਾਂ ਅੱਜ ਦੀ ਬੋਲੀ ਦੇ ਵਿੱਚ ਜਾਂ ਮਤਲਬ ਕਿ ਵੀ ਇਸ ਕਿਸਮ ਦਾ ਅਸੀਂ ਕਹਿ ਦਈਏ ਵੀ ਨਿਊ ਦਿੱਲੀ ਪੱਖੀ ਉਹ ਉਸ ਕਿਸਮ ਦਾ ਸੀ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਦੂਜਾ ਹਿੱਸਾ ਸੀਗਾ ਅਕਾਲੀਆਂ ਵਾਲਾ ਸਾਈਡ ਸੀ ਪੋਲੀਟੀਕਲ ਵੀ ਅਤੇ ਧਾਰਮਿਕ ਸਾਈਡ ਵੀ ਉਸਨੂੰ ਇਗਨੋਰ ਕੀਤਾ ਗਿਆ ਇਹ ਬੇਸਿਕ ਗੱਲ ਤਾਂ ਮੈਂ ਨੁਕਤਿਆਂ ਜੀ ਕਰੂੰਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਇਹ ਜਿਹੜੀ ਇਹ 84 ਤੱਕ ਦਾ ਜਿਹੜਾ ਸਾਰਾ ਬਿਲਡਅਪ ਹੋਇਆ ਇੱਥੋਂ ਤੱਕ ਵਧਿਆ ਉਹਦੀ ਬੈਕਗਰਾਊਂਡ ਹੈਗੀ 1947 ਦੇ ਵਿੱਚ ਜਦੋਂ ਵੰਡ ਤੋਂ ਬਾਅਦ ਲੋਕ ਇੱਧਰ ਆਏ ਤਾਂ ਇੱਕ ਸਿੱਖ ਬਹੁਤ ਛੋਟੀ ਧਿਰ ਸੀ 2% ਪਾਪੂਲੇਸ਼ਨ ਸੀ ਪਰ ਉਹ ਵੀ ਇੱਕ 3 ਧਿਰਾਂ ਦੇ ਤੌਰ 'ਤੇ ਜਿਹੜੀ ਇੰਡੀਪੈਂਡੈਂਸ ਸਟਰਗਲ ਹੋਈ ਹੈ ਆਜ਼ਾਦੀ ਦੀ ਜਿਹੜੀ ਲਹਿਰ ਸੀਗੀ ਉਹਦੇ 'ਚ 3 ਧਿਰਾਂ ਬਰਾਬਰ ਲੜਦੀਆਂ ਰਹੀਆਂ ਮੁਸਲਮਾਨ ਕਾਂਗਰਸ ਹਿੰਦੂਆਂ ਵਾਲੀ ਸਾਈਡ ਤੋਂ ਅਤੇ ਹਿੰਦੂ ਸਮਾਜ ਬਹੁਤ ਵੱਡਾ ਸਮਾਜ ਹੈ ਅਤੇ ਦੂਸਰਾ ਸਿੱਖਾਂ ਦੇ ਥੋੜ੍ਹੀ ਜਿਹੀ ਪਾਪੂਲੇਸ਼ਨ ਪਾਸ ਵੱਲੋਂ ਅਕਾਲੀ ਦਲ ਲੜਦਾ ਸੀ ਇਹ ਜਦੋਂ ਲੜਾਈ ਚੱਲਦੀ ਰਹੀ ਸਾਰੀ ਆਜ਼ਾਦੀ ਮਿਲ ਗਈ ਆਜ਼ਾਦੀ ਵੇਲੇ ਤਿੰਨਾਂ ਧਿਰਾਂ ਦੀ 2 ਧਿਰਾਂ ਤਾਂ ਆਪਣੇ ਆਪ ਵਿੱਚ ਤਕਰੀਬਨ ਇਸ ਗੱਲ ਉੱਤੇ ਉਹ ਆਪਸ ਵਿੱਚ ਦੀ ਤਸੱਲੀ ਸੀ ਉਹਨਾਂ ਨੂੰ ਵੀ ਇੱਕ ਪਾਸੇ ਹਿੰਦੁਸਤਾਨ ਹੈ ਕਾਂਗਰਸ ਕੋਲ ਹਿੰਦੁਸਤਾਨ ਦਾ ਰਾਜ ਆ ਗਿਆ ਅਤੇ ਰਾਜ ਨਹੀਂ ਆਇਆ ਉਹ 30-35 ਸਾਲ ਲਗਾਤਾਰ ਸਾਰੇ ਦੇਸ਼ 'ਤੇ ਰਾਜ ਕਰਦੀ ਰਹੀ ਕਾਂਗਰਸ ਮੁਸਲਿਮ ਲੀਗ ਕੋਲ ਪਾਕਿਸਤਾਨ ਆ ਗਿਆ ਸਿੱਖਾਂ ਨੂੰ ਹਮੇਸ਼ਾ ਹੀ ਸਿਰਦਰਦੀ ਇਹ ਰਹੀ ਵੀ ਬਹੁਤਾ ਜ਼ਿਆਦਾ ਜ਼ਮੀਨਾਂ ਲੰਬੀਆਂ ਚੌੜੀਆਂ ਪ੍ਰਾਪਰਟੀਆਂ ਉਹ ਛੱਡ ਕੇ ਪਾਕਿਸਤਾਨ ਦੇ ਏਰੀਏ 'ਚ ਆ ਗਏ ਇੱਥੇ ਆ ਕੇ ਉਹਨਾਂ ਨੂੰ ਓਨਾ ਕੁਛ ਮਿਲਿਆ ਨਹੀਂ ਮੁੜ ਕੇ ਸਿਆਸੀ ਲੈਵਲ 'ਤੇ ਵੀ ਉਹ ਲੱਗਿਆ ਵੀ ਉਹ ਕਿਨਾਰੇ ਲਾ ਦਿੱਤੇ ਗਏ ਮਾਰਜਨਲਾਈਜ਼ ਕਰਤੇ ਆ ਫਿਰ ਉਹ ਇਸੇ ਗੱਲ ਕਰਕੇ ਉਹਨਾਂ ਨੇ ਪੰਜਾਬੀ ਸੂਬਾ ਦੀ ਮੂਵਮੈਂਟ ਸ਼ੁਰੂ ਕੀਤੀ ਜਿਹੜੀ 56 'ਚ ਸ਼ੁਰੂ ਕੀਤੀ ਅਤੇ ਫਿਰ 10 ਸਾਲ ਲੜਾਈ ਹੁੰਦੀ ਰਹੀ 66 'ਚ ਬਣਿਆ ਉਹ ਉਦੋਂ ਪਿੱਛੋਂ ਫਿਰ ਉਹਨਾਂ ਨੂੰ ਸਿਆਸੀ ਲੈਵਲ ਉੱਤੇ ਜਿਹੜੀ ਐਡਜਸਟਮੈਂਟ ਹੁੰਦੀ ਆ ਸਿਆਸੀ ਸਪੇਸ ਹੁੰਦੀ ਆ ਹਰ ਇੱਕ ਦੀ ਉਹ ਨਾ ਮਿਲੀ ਕਰਕੇ ਉਹ ਜ਼ਿਆਦਾ ਅਪਸੈਟ ਸੀ ਫਿਰ ਪਾਣੀਆਂ ਦੀ ਵੰਡ ਉੱਤੇ ਵਿਤਕਰਾ ਉਹਨਾਂ ਨੂੰ ਲੱਗਿਆ ਬੋਲੀ ਦੀ ਵੰਡ ਉੱਤੇ ਲੱਗਿਆ ਪੰਜਾਬੀ ਸੂਬੇ ਵਿੱਚ ਉਹਨਾਂ ਨੂੰ ਲੱਗਿਆ ਵੀ ਸਾਡੇ ਕੁਛ ਪੰਜਾਬੀ ਇਸ ਬੋਲਦੇ ਇਲਾਕੇ ਬਾਹਰ ਕੱਢਤੇ ਹੈ ਇਸ ਕਿਸਮ ਦਾ ਸਾਰਾ ਜਿਹੜਾ ਆਪਸ ਵਿੱਚ ਦੀ ਫਰਕ ਸੀਗਾ ਕਾਂਗਰਸ ਨਾਲ ਉਹ ਬਹੁਤ ਲੰਬਾ ਚੌੜਾ ਹੋ ਗਿਆ ਕਾਂਗਰਸ ਕਹਿ ਦਿਓ ਜਾਂ ਮੈਂ ਇਹੀ ਕਹੂੰਗਾ ਵੀ ਉਦੋਂ ਜਿਹੜੀ ਪੋਲੀਟੀਕਲ ਜਮਾਤ ਸੀ ਦਿੱਲੀ ਅਤੇ ਕੇਂਦਰ 'ਤੇ ਰਾਜ ਕਰਦੀ ਉੱਧਰ ਇਹ ਰੀਜਨਲ ਪਾਰਟੀ ਸੀ ਖੇਤਰੀ ਪਾਰਟੀ ਅਕਾਲੀ ਦਲ ਦੋਨਾਂ ਦਾ ਆਪਸ ਵਿੱਚ ਦੀ ਫਰਕ ਚੱਲਦਾ ਰਿਹਾ ਅਤੇ ਇਹ 27-28 ਸਾਲ ਲੜਾਈ ਚੱਲਦੀ ਰਹੀ ਫਿਰ ਅਖੀਰ ਹਰਿਆਣੇ ਦੇ ਵਿੱਚ ਇਲੈਕਸ਼ਨਾਂ ਸੀ ਉਹ ਹਰਿਆਣੇ ਦੀ ਇਲੈਕਸ਼ਨਾਂ ਕਰਕੇ ਇੱਥੇ ਕਪੂਰੀ ਦਾ ਮੋਰਚਾ ਲੱਗਿਆ ਜਿੱਥੇ SYL ਕੱਢ ਕੇ ਲਿਜਾਣੀ ਸੀ ਇੰਦਰਾ ਗਾਂਧੀ ਨੇ ਉਦਘਾਟਨ ਕੀਤਾ ਕਪੂਰੀ ਹੈਗਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਉੱਥੋਂ ਇਹ ਨਹਿਰ ਨਿਕਲਣੀ ਸੀ ਤਾਂ ਉਹਦੇ ਉਦਘਾਟਨ ਤੋਂ ਬਾਅਦ ਫਿਰ ਮੋਰਚਾ ਲਾਇਆ ਗਿਆ ਉੱਧਰ ਦੂਜੇ ਪਾਸੇ ਸੰਤ ਦੇ ਬੰਦੇ ਫੜੇ ਗਏ ਸੀ ਉਹ ਮੋਰਚਾ ਇਕੱਠਾ ਕਰਕੇ ਦਰਬਾਰ ਸਾਹਿਬ ਤੋਂ ਸ਼ੁਰੂ ਕਰ ਲਿਆ ਇਹਨਾਂ ਨੇ
अकाली हमेशा ही दरबार साहब तो अमृतसर तो मोर्चा लाउंदे आ, अज दा नहीं लाउंदे, उन्हां दी पुरानी हिस्टरी 400 साल की है भी जदों का अकाल तख्त बनाया उदों की वह लड़ाई उस पॉइंट तो ही करते, उतों ही इंस्पीरेशन लेके करते हैं, इस करके वह लगातार ही करते आ रहे थे, उन्होंने कोई अबनॉर्मल नहीं लगता। पर कांग्रेस को इंदिरा गांधी को सारी प्रैस सी, उन्होंने दिन च प्रैस सारी जी प्रिंट प्रैस होंगी सी, अखबार ही होंगे सी, होर कुछ नहीं होंदा, जां आल इंडिया रेडियो सी वो भी सेंटर दे कंट्रोल सीगा, जां दूरदर्शन सी वो भी सेंटर दा सीगा, केंद्र दा इंदिरा गांधी दे मुताबिक ही चलता सी। फिर आ पासा जिहड़ा सी सही पिक्चर गई नहीं, तो फिर ये कहा गया भी ये देश नूं दे टुकड़े कर रहे है, ये अतवादी है, आतंकवादी है, ये वो फिर मंगा सी जिहड़ियां उन्हां दीआं 30-35 मंगा सी सारियां, उन्हां दा तां अज तक किसी ने कोई लिख जिन्हां उत्ते मोर्चा लग्गिया 22 महीने चलिया, 2.25 लाख लोगों ने उहदे च गिरफ्तारी दित्ती पंजाब च, उहदी कोई गल ही नहीं हुई। तो फिर वह तकरीबन जिहड़ी CPM पहला नाल सी इस मोर्चे दे पिछों वह अलग हो गई, फिर वह कल्ले अकाली रह गए मोर्चे ते, तो वह संत पिंडाल तो कट्ठा ही मोर्चा सी सारा आनंदपुर साहब के मते उत्ते मोर्चा लिया, आनंदपुर साहब का मता वध अधिकारां दा भी सूबिआं नूं वध अधिकार दिते जाण, ये अकाली दल की भी त्रासदी है भी जदों वध अधिकारां लई कैबिनेट मिशन आया सी 47-46 तों पहलां 1946 दे विच, उदों वध अधिकारां दे दस्तावेज़ नूं इन्हां ने रिजैक्ट करता जदों अंग्रेज दिंदे सी, बाद च उही इन्हां ने आनंदपुर साहब के मते दे लैवल ते इहदे विच फिर प्रैस ने बहुत काली पिक्चर पेश कीती। इहदे करके इसे करके मैं दो किताबां भी लिखियां इहदे ते, June 84 की पत्रकारी पंजाबी च है, अंग्रेजी च एम्बेडड जर्नलिज्म पंजाब, क्योंकि मैं उस वेले तुसी जो कि जॉब करते हो प्रैस वाले नूं पता हुंदा तुसी एक खास जिहड़ी जिहड़ी एस्टैबलिशमेंट नाल काम करते हो, जिहड़ी ऑर्गेनाइजेशन नाल करते हो, उहदा तुहानूं डिसिपलिन मनना पैंदा। इस करके मैं उदों अपनी गल सही कह नहीं सी सकदा सी, उहदे मुताबक रिपोर्टिंग सी, खास गाइडलाइना च करनी पैंदी सी, तां बाद च आके फिर मैं जिहड़ा सही सी उह फिर रिटायरमेंट तो बाद वो दो किताबां मैं लिखियां। सवाल यह होया भी 26 मीटिंगां अकालियां ते इंदिरा गांधी दे जां कांग्रेस दे विचकार होईयां अकाली लीडरां ते, रिजाल भी नहीं हो सकिया, मसला हल ही नहीं हो सकिया, पौने मतलब कि 2 साल दे नेड़े तेड़े चलते रहे, अखीर हाल तो इस किस्म दे बिल्डअप हो गए, जां इंदिरा गांधी चाहुंदी सी भी मैं आपदी इलैक्शन तक खिंच के लै जां, इलैक्शन सी 84 दे एंड च, इसे करके वह 84 जून तक खिंच के ले गई, नहीं तो यह मसला हल हो जाना चाहिए सी, जिन्हों असल तरीके ना कहीए जो DIG अटवाल 25 अप्रैल 1983 दरबार साहब के जाता बहर आ पौड़ियाँ चढ़ता उत्थे मारिया गया सी, उदों 7 घंटे उसकी बॉडी उत्थे पई रही सी, तां उदों चीफ मिनिस्टर पंजाब दरबारा सिंह हुंदा सी, वह अंदर सिक्योरिटी फोर्सिज पैरामिलिट्री फोर्सिज भेजना चाहता सी, ते दिल्ली वाले ने रोकता, वो चाहते सी इहनूं होर इहदे बारे हुण 3-4 किताबां आ चुकी हैं, उस वेले साडा गवर्नर सी BD पांडे उहदी किताब आ गई है, रा दा चीफ है GBS सिद्धू उहदी किताब आ गई है, उस वेले जदों दरबार साहब उत्ते ऑपरेशन ब्लू स्टार होया नीला साका तारा, ते उदों उस वेले DCC रमेश इंदर सिंह उहदी किताब हुण आ गई है, उन्होंने सारिया ने इफेक्ट दिते है जिहड़े इस गल दा करदे आ भी इंदिरा गांधी चाहुंदी सी भी मैं इस तों परापोगंडे च आपदा सारे वड्डे हिंदू समाज नूं वोट बैंक दे लैवल ते मैं अपने पिछे ला लां, लग भी गए सी कोई शक वाली गल नहीं, इस करके छोटी जी मनोरिटी है सिख मनोरिटी है उहदियां 13 सारियां सीटां सारियां उदों भी 13 सी उदों भी 13 तों घट ही सी उदों तां भी 13 सीटा है पार्लीमेंट जी इन्हां दीआं ना आउणगीआं कोई गल नहीं, बाकी 540 तो सारा देश वड्डा पिया उधर वाली राज करना है, तो इस करके फिर उस गल दे विच्चों ये सारा कुछ होया, तो ये सारी गल उस जो बिल्डअप हुई जिदे चों ये दिन हजे तक भी जिहड़ा चुनिया गया वो बड़ा हैरान करता लोगों नूं भी आ 2 दिन पहलां दी गल है, 3 दिन पहलां गुरु अर्जन देव दा शहीदी दिन सी जिस दिन दरबार साहब उत्ते फौजी हमला उदों 84 च होया जून च,
ਉਹ ਜਿਹੜਾ 84 ਤੇ ਉਹ ਹੋਣਾ ਸੀ ਉਹ ਉਹ ਅੱਜ ਵੀ ਬੀਡੀ ਪਾਂਡੇ ਜਿਹੜਾ ਗਵਰਨਰ ਸੀ ਉਹ ਹਜੇ ਤੱਕ ਲਿਖਦਾ ਆਪਦੀ ਕਿਤਾਬ ਜਿਹੜੀ ਉਹਦੇ ਮਰਨ ਦੇ ਪਿੱਛੋਂ ਉਹ ਆਪਦੀ ਡੈਰੀਆਂ ਨੂੰ ਸੀਲ ਕਰ ਗਿਆ ਸੀ ਰੱਖ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਮੇਰੀਆਂ ਡੈਰੀਆਂ ਨੂੰ ਖੋਲ੍ਹ ਕੇ ਕਿਤਾਬ ਬਣਾਇਓ ਮੇਰੇ ਮਰਨ ਤੋਂ ਬਾਅਦ ਅਤੇ ਮਰਨ ਤੋਂ ਉਹਦੇ 12-15 ਸਾਲ ਬਾਅਦ ਇਹ ਕਿਤਾਬ ਛਪੀ ਆ ਉਹਦੀ ਉਹਦੀ ਲੜਕੀ ਨੇ ਛਾਪੀ ਹੈ ਉਹਦੇ ਵਿੱਚ ਵੀ ਉਹ ਕਹਿ ਗਿਆ ਵੀ ਬੜੀ ਹੈਰਾਨੀ ਹੁੰਦੀ ਸੀ ਇਹ ਦਿਨ ਕਿਉਂ ਚੁਣਿਆ ਫਿਰ ਉਹ ਇੱਕ ਬਹੁਤ ਗਲਤ ਫਹਿਮੀ ਸੀ ਫੌਜ ਨੂੰ ਵੀ ਇਹ ਲੜਾਈ ਹੈ ਜਿਹੜੀ ਇਹ 2 ਘੰਟੇ 'ਚ ਅਸੀਂ ਖਤਮ ਕਰ ਦਾਂਗੇ ਜਨਰਲ ਬੈਦਿਆਂ ਨੂੰ ਸੀ ਪਰ ਅੰਦਰ ਜਿਹੜੀ ਜਿਹੜੇ ਕੁਛ ਸੰਤ ਪਿੰਡਰਾਂ ਵਾਲੇ ਦੇ ਜਥੇ ਦੇ ਬੰਦੇ ਸੀ ਕਿਉਂਕਿ ਇੱਕ ਟਰੈਡੀਸ਼ਨ ਦਾ ਕਿਸੇ ਨੂੰ ਬਾਹਰ ਪਤਾ ਨਹੀਂ ਹਜੇ ਤੱਕ ਸਿੱਖਾਂ 'ਚ ਇਹ ਟਰੈਡੀਸ਼ਨ ਰਹੀ ਹੈ ਵੀ ਇਹ 220 ਸਾਲ ਬਦੋਂ ਇਹ ਦਰਬਾਰ ਸਾਹਿਬ 'ਤੇ ਫਿਰ ਜੂਨ 1984 ਨੂੰ ਫੌਜ ਭੇਜੀ ਗਈ ਹੈ ਇਦੋਂ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਨੇ 1764 ਅਤੇ 1762 'ਚ ਭੇਜੀ ਸੀ 200 ਸਾਲ 225 ਸਾਲ ਦਾ ਫਰਕ ਹੈ ਉਦੋਂ ਪਿੱਛੋਂ ਵੀ ਇਹ ਉਦੋਂ ਵੀ ਇਹ ਟਰੈਡੀਸ਼ਨ ਸੀ ਵੀ ਜਦੋਂ ਉਹਨੇ ਹਮਲਾ ਕੀਤਾ ਅੰਦਰ 30 ਜਣੇ ਸੀ ਸਾਰੇ ਉਹਦੇ 'ਚ ਬਾਬਾ ਗੁਰਾਖ ਸਿੰਘ ਸੀਗਾ ਉਹ ਸਾਰੇ ਕਹਿੰਦੇ ਵੀ ਅਸੀਂ ਬਾਹਰ ਨਹੀਂ ਆਉਂਦੇ ਉਹਨਾਂ ਨੂੰ ਕਿਹਾ ਗਿਆ ਬਾਹਰ ਆ ਜਾਓ ਤਾਂ ਉਹ ਅੰਦਰ ਹੀ ਸ਼ਹੀਦੀਆਂ ਦਿੱਤੀਆਂ ਅਤੇ ਉਹਨਾਂ ਦੀ ਪਿੱਛੇ ਯਾਦ ਵੀ ਬਣੀ ਵੀ ਹੈ ਬਾਬਾ ਗੁਰਾਖ ਸਿੰਘ ਦੀ ਇਹ ਸਿੱਖਾਂ ਦੇ ਵਿੱਚ ਇੱਕ ਪੁਰਾਣੀ ਟਰੈਡੀਸ਼ਨ ਹੈ ਹਰ ਰਿਲੀਜਨ ਦੇ ਵਿੱਚ ਇੱਕ ਟਰੈਡੀਸ਼ਨ ਹੁੰਦੀ ਹੈ ਅਤੇ ਉਸ ਰਿਲੀਜਨ ਦੇ ਵਿੱਚ ਇਹ ਟਰੈਡੀਸ਼ਨ ਹੈ ਅਤੇ ਫਿਰ ਇਸ ਕਰਕੇ ਇਹਨਾਂ ਨੇ ਇਹ ਕਹਿੰਦੇ ਵੀ ਅਸੀਂ ਸ਼ਹੀਦੀਆਂ ਦੇਵਾਂਗੇ ਅਸੀਂ ਨਿਕਲਦੇ ਨਹੀਂ 100-125 ਬੰਦਾ ਸੀ ਸਾਰਾ ਜਿਹੜਾ ਅੰਦਰੋਂ ਲੜਿਆ ਪਰ ਲੜਿਆ ਕਿਹਦੀ ਕਮਾਂਡ ਥੱਲੇ ਜਨਰਲ ਸ਼ਬੇਗ ਸਿੰਘ ਦੀ ਜਨਰਲ ਸ਼ਬੇਗ ਸਿੰਘ ਆਪਣੇ ਆਪ ਵਿੱਚ ਏਸ਼ੀਆ ਦੇ ਚੰਗੇ ਜਰਨਲ 'ਚੋਂ ਗਿਣਿਆ ਜਾਂਦਾ ਸੀ ਜਿਹਨੂੰ 1971 ਦੇ ਵਿੱਚ ਬੰਗਲਾਦੇਸ਼ ਜਦੋਂ ਅੱਡ ਤੋੜ ਟੁੱਟਿਆ ਉਦੋਂ ਉਸਨੇ ਮੁਕਤੀ ਬਾਣੀ ਤਿਆਰ ਕੀਤੀ ਸੀ ਅਤੇ ਗਰੀਲਾ ਵਾਰਫੇਅਰ ਦਾ ਉਹ ਐਕਸਪਰਟ ਸੀ ਇਸ ਕਰਕੇ ਅੰਦਰੋਂ ਉਹਨਾਂ ਨੂੰ ਪਤਾ ਨਹੀਂ ਸੀ ਵੀ ਇੰਨਾ ਜ਼ਿਆਦਾ ਲੜਾਈ ਹੋਊਗੀ ਇਸ ਕਰਕੇ ਉਹਦੇ ਲੜਾਉਣ ਕਰਕੇ ਜਰਨੈਲ ਇਹਦੇ ਇਸ ਕਰਕੇ ਵੀ ਉਹ ਲੜਾਈ ਜ਼ਬਰਦਸਤ ਹੋ ਗਈ ਲੜਾਈ ਜਿਹੜੀ 2 ਘੰਟਿਆਂ ਦੀ ਸੋਚੀ ਸੀ ਵੀ ਅਸੀਂ 2 ਘੰਟਿਆਂ 'ਚ ਕੰਮ ਖਤਮ ਕਰ ਦਿਆਂਗੇ ਫੌਜ ਜਾਵੜੂਗੀ ਅਤੇ ਸਾਰਾ ਅੰਦਰੋਂ ਸਫਾਈ ਕਰ ਦਿਆਂਗੇ ਸਾਰੇ ਬੰਦਿਆਂ ਨੂੰ ਫੜ ਕੇ ਲੈ ਆਵਾਂਗੇ ਉਹ 72 ਘੰਟੇ ਚੱਲੀ ਉਹਦੇ ਵਿੱਚ ਫਿਰ ਨੁਕਸਾਨ ਵਾਧੇ ਹੋਇਆ ਅਕਾਲ ਤਖ਼ਤ ਢਾਇਆ ਗਿਆ ਇਸ ਕਰਕੇ ਜਿਹੜਾ ਇੱਕ ਸਵਾਲ ਸੀ ਆਮ ਵੇਖਿਆ ਜਾਂਦਾ ਸਵਾਲ ਇਹ ਹੈ ਵੀ ਸੰਤ ਪੋਲੀਟੀਕਲ ਸੀ ਸੰਤ ਟੈਰਰਿਸਟ ਸੀ ਜਾਂ ਕਿਵੇਂ ਸੀ ਸੰਤ ਤਾਂ ਸਿੱਧਾ ਤਾਂ ਉੱਥੇ ਲੜਿਆ ਹੀ ਨਹੀਂ ਅੰਦਰ ਉਹਦੇ ਬੰਦੇ ਲੜੇ ਆ ਜਿਹਨੂੰ ਤਾਂ ਇਹ 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 ਸਿੱਖੀ ਟਰੈਡੀਸ਼ਨ ਦੂਜੇ ਸਿੱਖ ਵਾਲੇ ਪਾਸੇ ਉਹ ਦੇਖੋਗੇ ਤਾਂ ਉਹ ਸ਼ਹੀਦ ਹੈ ਜੇ ਦੂਜੇ ਪਾਸੇ RSS ਵਾਲੇ ਪਾਸੇ ਤੋਂ ਆਪਾਂ ਦੇਖਾਂਗੇ ਉਹਦੇ 'ਚ ਐਂ ਲੱਗੂਗਾ ਕਿਉਂਕਿ RSS ਨੂੰ ਬਿਲਕੁਲ ਵੀ ਬਾਹਰਲੇ ਹੋਰ ਕਈ ਧਰਮਾਂ 'ਚ ਇਹ ਇਹ ਟਰੈਡੀਸ਼ਨ ਹੀ ਹੈ ਨਹੀਂ ਵੀ ਤੁਸੀਂ ਧਾਰਮਿਕ ਸਥਾਨ ਦੇ ਵਿੱਚ ਹਥਿਆਰ ਲੈ ਕੇ ਜਾਓ ਪਰ ਸਿੱਖਾਂ ਦੇ ਵਿੱਚ ਇਹ ਟਰੈਡੀਸ਼ਨ 1606 ਤੋਂ ਅਕਾਲ ਤਖ਼ਤ ਬਣਾਉਣ ਦੇ ਹਰਗੋਬਿੰਦ ਸਾਹਿਬ ਤੋਂ ਟਰੈਡੀਸ਼ਨ ਹੈ ਉਹ ਜਦੋਂ ਹਰਗੋਬਿੰਦ ਸਾਹਿਬ ਨੇ ਜਦੋਂ ਬਣਾਇਆ ਮੁਗਲ ਦਰਬਾਰ ਦੇ ਮੁਕਾਬਲੇ ਲਈ ਅੰਦਰ ਤਖ਼ਤ ਅਤੇ ਉਹਦੀ ਪਹਿਲੀ ਜਿਹੜੀ ਫਰਮਾਨ ਉਹਨੇ ਜਾਰੀ ਕੀਤਾ ਤਾਂ ਗੁਰੂ ਨੇ ਉਹ ਕਿਹਾ ਵੀ ਇੱਥੇ ਹਾਥੀ ਲੈ ਕੇ ਆਓ ਘੋੜੇ ਲੈ ਕੇ ਆਓ ਅਤੇ ਹਥਿਆਰ ਲੈ ਕੇ ਆਓ ਇਸ ਕਰਕੇ ਦਰਬਾਰ ਸਾਹਿਬ ਦੇ ਨਾਲ ਹਥਿਆਰਾਂ ਦਾ ਜਿਹੜਾ ਜੁੜਿਆ ਵਾ ਉਹ ਪੂਰਾ ਇੰਟੈਗਰਲ ਪਾਰਟ ਹੈ ਹੁਣ ਵੀ ਤੁਸੀਂ ਗੁਰਦੁਆਰੇ ਕਿਸੇ 'ਚ ਜਾਓ ਤਾਂ ਹਰੇਕ ਗੁਰਦੁਆਰੇ ਅੱਗੇ ਮੱਥਾ ਟੇਕੋ ਅਤੇ ਜਾ ਨਾਲ ਮੂਹਰੇ ਹਥਿਆਰ ਕਿਰਪਾਨਾਂ ਨੰਗੀਆਂ ਅਤੇ ਨੇਜੇ ਅਤੇ ਹੋਰ ਸਾਰੇ ਸਾਰਾ ਕੁਛ ਉਹ ਪਿਆ ਹੁੰਦਾ ਹਥਿਆਰਾਂ ਦੀ ਪੂਜਾ ਉਹ ਹੁਣ ਵੀ ਅਕਾਲ ਤਖ਼ਤ 'ਤੇ ਹੁੰਦੀ ਹੈ ਉਹ ਰੋਜ਼ਾਨਾ ਹਥਿਆਰਾਂ ਨੂੰ ਉੱਥੇ ਮੂਹਰੇ ਕਰਕੇ ਇਸ ਕਰਕੇ ਟਰੈਡੀਸ਼ਨ ਹੈ ਜਿਹੜੀ ਦੂਜੇ ਪਾਸੇ ਮੰਦਰਾਂ ਦੇ ਵਿੱਚ ਹਿੰਦੂ ਮੰਦਰਾਂ 'ਚ ਮਸਜਿਦਾਂ 'ਚ ਅਤੇ ਇੱਥੋਂ ਤੱਕ ਹੈ ਵੀ ਚਰਚਾਂ 'ਚ ਵੀ ਹਥਿਆਰ ਨਹੀਂ ਜਾਂਦੇ ਉਹ ਉਹਨਾਂ ਦਾ ਆਪੋ ਹਰ ਇੱਕ ਦਾ ਆਪੋ ਆਪਣਾ ਧਰਮ ਦਾ ਆਪਣਾ ਅਕੀਦਾ ਇਸ ਕਰਕੇ ਅਸੀਂ ਕਹਿ ਨਹੀਂ ਸਕਦੇ ਇਹ ਲੜਾਈ ਦਾ ਮੁੱਢ ਸੀ ਸਾਰਾ ਹਾਂਜੀ ਇੱਕ ਬੜੀ ਪ੍ਰਚਲਿਤ ਚੀਜ਼ ਹੈ ਕਿ ਇੰਦਰਾ ਗਾਂਧੀ ਨੇ ਭਿੰਡਰਾਂ ਵਾਲੇ ਨੂੰ ਬਣਾਇਆ ਉਭਰਨ ਦਿੱਤਾ ਪੰਜਾਬ ਦੀ ਉਹ ਗੱਦੀ ਸੌਂਪੀ ਕਿੰਨੀ ਕੁ ਸੱਚਾਈ ਹੈ ਕਿ ਵਾਕਈ ਇੰਦਰਾ ਗਾਂਧੀ ਨੇ ਭਿੰਡਰਾਂ ਵਾਲੇ ਨੂੰ ਇੰਨੀ ਛੋੜ ਦਿੱਤੀ ਕਿ ਇਸ ਹਾਲਾਤ 'ਤੇ ਚੀਜ਼ਾਂ ਜਿਹੜੀਆਂ ਪਹੁੰਚੀਆਂ ਦੇਖੋ ਕਾਫੀ ਹੱਦ ਤੱਕ ਲੋਕਾਂ ਨੂੰ ਇਹ ਆ ਵੀ ਇੰਦਰਾ ਗਾਂਧੀ ਨੇ ਜਾਂ ਉਸ ਮੌਕੇ ਦੀ ਕਾਂਗਰਸ ਨੇ ਸੰਤ ਭਿੰਡਰਾਂ ਵਾਲੇ ਨੂੰ ਚੁੱਕਿਆ ਕੋਈ ਸ਼ੱਕ ਨਹੀਂ ਕਾਫੀ ਹੱਦ ਤੱਕ ਪਹਿਲਾਂ ਢਿੱਲ ਦਿੱਤੀ ਢਿੱਲੋ ਆਪਣੀ ਗਲਤੀ 'ਚ ਦੇ ਬੈਠੇ ਕਈ ਵਾਰੀ ਹੁੰਦਾ ਤੁਹਾਡੀ ਕੈਲਕੂਲੇਸ਼ਨ ਕਰਦੇ ਆ ਬਈ ਸੰਤ ਉਹ ਕਾਂਗਰਸ ਦਾ ਨਹੀਂ ਅਸੀਂ ਕਹਿ ਸਕਦੇ ਅੱਜ ਵੀ ਸਾਡਾ ਵਿਚਾਰ ਇਹ ਹੈ ਵੀ ਆ ਜਿਹੜੇ ਡੇਰੇਦਾਰ ਹੈ ਇਹ ਸਰਕਾਰਾਂ ਤੋਂ ਬਗੈਰ ਨਹੀਂ ਚੱਲ ਸਕਦੇ ਉਹ ਵੀ ਟਕਸਾਲ ਦਾ ਡੇਰੇਦਾਰ ਸੀ ਟਕਸਾਲ ਦਾ ਹੈੱਡ ਸੀਗਾ
ਤੇ ਉਹਨੂੰ ਕੋਈ ਗਲਤੀ ਵੀ ਹੋ ਗਈ ਇਸ ਲੈਵਲ ਤੇ ਉਹ ਸਮਝਦੇ ਰਹੇ ਵੀ ਅਕਾਲੀਆਂ ਨੂੰ ਖਰਾਬ ਕਰਨ ਲਈ ਅਕਾਲੀਆਂ ਨੂੰ ਆਪਾਂ ਥੋੜਾ ਜਿਹਾ ਇਹਨਾਂ ਨੂੰ ਗੁੱਠੇ ਲਾਉਣ ਲਈ ਆ ਸੰਤ ਬੜਾ ਤਿੱਖਾ ਬੋਲਦਾ ਹੈ ਤੇ ਸੰਤ ਨੂੰ ਆਪਾਂ ਆਪਦੇ ਨਾਲ ਰੱਖੇ ਕਾਫੀ ਢਿੱਲ ਦਿੱਤੀ ਉਹਨਾਂ ਨੇ ਪਹਿਲਾਂ ਉਹਦੀਆਂ ਸਾਰੀਆਂ ਗੱਲਾਂ ਤੋਂ ਜੇਲ੍ਹ 'ਚੋਂ ਛੁੱਟਣ ਤੱਕ ਦਾ ਜੇਲ੍ਹ 'ਚ ਜਾ ਕੇ ਮੈਜਿਸਟਰੇਟ ਦੀ ਕਚਹਿਰੀ ਲਾ ਕੇ ਲਾਲਾ ਜਗਤ ਨੈਣ ਦੇ ਵਿੱਚੋਂ ਉੱਥੇ ਜਾ ਕੇ ਉਹਨੂੰ ਬਰੀ ਵੀ ਕੀਤਾ ਗਿਆ ਇਹ ਸਾਰਾ ਕੁਝ ਹੋਇਆ ਉਹ ਸੰਤ ਪਰ ਉਹ ਚਾਹੁੰਦੇ ਸੀ ਵੀ ਦੂਜੇ ਡੇਰੇਦਾਰਾਂ ਵਾਂਗੂ ਇਹਦਾ ਕੱਦ ਵੱਡਾ ਕਰਕੇ ਅਸੀਂ ਇਹਨੂੰ ਵਰਤ ਲਾਂਗੇ ਜਿਵੇਂ ਅੱਜ ਵੀ ਸਾਰੇ ਡੇਰੇ ਵਰਤੇ ਜਾ ਰਹੇ ਆ ਅੱਜ ਤਾਂ ਉਸੇ ਸੰਤ ਦਾ ਡੇਰਾ ਮੋਟੇ ਲੈਵਲ 'ਤੇ ਜਿਹੜੀ ਟਕਸਾਲ ਹੈ ਦਮਦਮੀ ਟਕਸਾਲ ਹੈ ਉਹਦਾ ਹੈੱਡ ਤਾਂ RSS ਨਾਲ ਰਲਿਆ ਪਿਆ ਜਿਹੜਾ ਹੁਣ ਹੈ ਧੁੰਦਾ ਸਭ ਨੂੰ ਪਤਾ ਵੀ RSS ਦਾ ਬੰਦਾ ਹੁਣ ਸਰਕਾਰਾਂ ਨਾਲ ਚੱਲ ਪਿਆ ਪਰ ਉਹ ਨਹੀਂ ਚੱਲਿਆ ਸੀ ਹਰ ਇੱਕ ਦੀ ਵੱਖੋ ਵੱਖਰੀ ਆਪਣੀ ਗੱਲ ਹੁੰਦੀ ਹੈ ਸੰਤ ਜਰਨੈਲ ਸਿੰਘ ਪਿੰਡਾਂਵਾਲਾ ਨਹੀਂ ਚੱਲਿਆ ਸਰਕਾਰ ਨਾਲ ਉਹ ਸਰਕਾਰ ਉਹ ਉਸ ਮੌਕੇ ਦੀ ਸਰਕਾਰ ਨਾਲ ਜਾਂ ਮੌਕੇ ਦੇ ਕਾਂਗਰਸ ਰਾਜ ਕਰਦੀ ਸੀ ਉਹਨਾਂ ਨਾਲ ਨਹੀਂ ਚੱਲਿਆ ਉਹ ਉਹਨਾਂ ਦੀ ਗਲਤੀ ਹੈ ਜੇ ਕਹੋ ਵੀ ਤੁਸੀਂ ਉਹ ਜੇ ਫਰਜ਼ ਕੀਤਾ ਕਿਸੇ ਨੂੰ ਕੋਈ ਸਹਾਇਤਾ ਦਿੰਦਾ ਤਾਂ ਉਹਦਾ ਇਮੇਜ ਵੱਡਾ ਕਰਦਾ ਉਹ ਕਰੀ ਜਾਣ ਦਾ ਜਦੋਂ ਲੋੜ ਪਈ ਮੈਂ ਆਪਣੀ ਗੱਲ ਕਹੂੰਗਾ ਲੋੜ ਪਈ ਉਹਨੇ ਆਪਣੀ ਗੱਲ ਕਹੀ ਜਦੋਂ ਮੌਕਾ ਆਇਆ ਉਹਨੇ ਇੰਦਰਾ ਗਾਂਧੀ ਵਿਰੁੱਧ ਵੀ ਬੋਲਿਆ ਜੈਲ ਸਿੰਘ ਵਿਰੁੱਧ ਵੀ ਬੋਲਿਆ ਦਵਾਰਾ ਸਿੰਘ ਉਦੋਂ ਵੱਡੇ ਲੀਡਰ ਸੀ ਸਾਰਿਆਂ ਦੇ ਵਿਰੁੱਧ ਉਹਦੇ ਸਾਰੀਆਂ ਵੀਡੀਓ ਰਿਕਾਰਡਿੰਗ ਹਜੇ ਤੱਕ ਪਈ ਹੈ ਅਤੇ ਇਸ ਕਰਕੇ ਕਿਹਨੇ ਕਿਹਨੂੰ ਵਰਤਿਆ ਇਹ ਪੋਲੀਟਿਕਸ ਵਿੱਚ ਇੱਕ ਵੱਡਾ ਇਸ਼ੂ ਹੁੰਦਾ ਕਿਹੜੇ ਪਾਸਿਓਂ ਦੇਖਦੇ ਹੋ ਤੁਸੀਂ ਉਸ ਪਾਸੇ ਦੀ ਗੱਲ ਹੁੰਦੀ ਹੈ ਸਿੱਖਾਂ ਵਾਲੇ ਪਾਸਿਓਂ ਦੇਖੋਗੇ ਤਾਂ ਤੁਸੀਂ ਕਹੋਗੇ ਵੀ ਇਹ ਇਸ ਨੇ ਬਹੁਤ ਸੋਹਣੇ ਤਰੀਕੇ ਨਾਲ ਕਾਂਗਰਸ ਨੂੰ ਦੇ ਨੂੰ ਮੂਰਖ ਬਣਾਇਆ ਜੇ ਤੁਸੀਂ ਦੂਜੇ ਪਾਸੇ ਕਹੋਗੇ ਉਹ ਕਹੋਗੇ ਜੀ ਧੋਖਾ ਦੇ ਗਿਆ ਕਾਂਗਰਸ ਵਾਲੇ ਪਾਸਿਓਂ ਤਾਂ ਇਸ ਕਰਕੇ ਆਪੋ ਆਪਣਾ ਨਜ਼ਰੀਆ ਉਸ ਵਕਤ ਇੱਕ ਸਿੱਖ ਸਭ ਤੋਂ ਅਹਿਮ ਪੁਜੀਸ਼ਨ ਉੱਪਰ ਬੈਠੇ ਸੀਗੇ ਮੈਂ ਗਿਆਨੀ ਜੈਲ ਸਿੰਘ ਦਾ ਜ਼ਿਕਰ ਕਰ ਰਿਹਾ ਉਹਨਾਂ ਦੀ ਭੂਮਿਕਾ ਨੂੰ ਲੈ ਕੇ ਬੜੇ ਤਰ੍ਹਾਂ ਦੇ ਸਵਾਲ ਉੱਠਦੇ ਕਿ ਗਿਆਨੀ ਜੈਲ ਸਿੰਘ ਨਹੀਂ ਚਾਹੁੰਦੇ ਸੀਗੇ ਇੱਕ ਤਬਕਾ ਲਿਖਦਾ ਕਿ ਗਿਆਨੀ ਜੈਲ ਸਿੰਘ ਦੇ ਕਰਕੇ ਇਹ ਸਭ ਕੁਛ ਹੋਇਆ ਕੀ ਸੱਚਾਈ ਇਸ ਦੇ ਵਿੱਚ ਕੀ ਇਸ ਦੇ ਪਿੱਛੇ ਤੱਥ ਹੈਗੇ ਦੇਖੋ ਗਿਆਨੀ ਜੈਲ ਸਿੰਘ ਸੀ ਜਿਹੜਾ ਉਹ ਜਿਹੜਾ ਫਿਗਰ ਹੈੱਡ ਸੀਗਾ ਉਹ ਉਹਦੇ ਕੋਲ ਸਰਕਾਰ ਨੂੰ ਰੋਕਣ ਦਾ ਕੁਛ ਨਹੀਂ ਹੁੰਦਾ ਕਿਸੇ ਵੀ ਲੈਵਲ 'ਤੇ ਨਹੀਂ ਹੁੰਦਾ ਉਹ ਸਾਰੀਆਂ ਫੌਜਾਂ ਦਾ ਟੈਕਨੀਕਲੀ ਸਾਰੀਆਂ ਫੌਜਾਂ ਦਾ ਰਿਪਬਲਿਕ ਦਾ ਇੰਚਾਰਜ ਹੈ ਅਤੇ ਰਿਪਬਲਿਕ ਇੰਡੀਅਨ ਰਿਪਬਲਿਕ ਹੈ ਜਿਹੜੀ ਡੈਮੋਕ੍ਰੈਟਿਕ ਰਿਪਬਲਿਕ ਹੈ ਉਹ ਸਾਰੇ ਦਾ ਹੈੱਡ ਹੈ ਜਿਹੜਾ ਉਹ ਫਿਗਰੇਟਿਵਲੀ ਜਾਂ ਮਤਲਬ ਕਿ ਉਸਨੂੰ ਪੰਜਾਬੀ 'ਚ ਆਪਾਂ ਕੀ ਕਹਾਂਗੇ ਉਹ ਜਿਹੜਾ ਟੈਕਨੀਕਲ ਲੈਵਲ 'ਤੇ ਉਹ ਹੈੱਡ ਹੈਗਾ ਅਤੇ ਪਰ ਉਹਦੇ ਕੋਲ ਪਾਵਰ ਨਹੀਂ ਪਾਵਰ ਸਾਡੇ ਪ੍ਰਾਈਮ ਮਿਨਿਸਟਰ ਲੈਵਲ ਦਾ ਸਾਡੀ ਡੈਮੋਕ੍ਰੇਸੀ ਜਿਹਦੇ 'ਚ ਹੁਣ ਇਹੀ ਜਿਹੜਾ ਪ੍ਰੈਜੀਡੈਂਟ ਹੈ ਅਮਰੀਕਾ 'ਚ ਤਾਂ ਪਾਵਰਫੁੱਲ ਹੈ ਇੰਗਲੈਂਡ ਸਿਸਟਮ ਸਾਡੇ ਇੰਗਲੈਂਡ ਵਾਲਾ ਵੈਸਟਮਿਨਿਸਟਰ ਸਿਸਟਮ ਚੱਲਦਾ ਇਹਦੇ ਵਿੱਚ ਪ੍ਰਾਈਮ ਮਿਨਿਸਟਰ ਸਾਡਾ ਆਲ ਪਾਵਰਫੁੱਲ ਹੁੰਦਾ ਇੰਗਲੈਂਡ 'ਚ ਵੀ ਆਲ ਪਾਵਰਫੁੱਲ ਪ੍ਰਾਈਮ ਮਿਨਿਸਟਰ ਹੈ ਅਤੇ ਉੱਥੇ ਤਾਂ ਰਾਣੀ ਬੈਠੀ ਹੈ ਨਾ ਔਰ ਲਗਾਤਾਰ ਰਾਣੀਆਂ ਉੱਥੇ ਚੱਲਦੀਆਂ ਹੁੰਦੀਆਂ ਜਿਨ੍ਹਾਂ ਦੇ ਨਾਂ 'ਤੇ ਜਿਹੜੀ ਇੰਗਲੈਂਡ ਦੀ ਰਿਪਬਲਿਕ ਚੱਲ ਰਹੀ ਹੈ ਪਰ ਉਹਨਾਂ ਕੋਲ ਪਾਵਰ ਕੋਈ ਨਹੀਂ ਹੈ ਅਤੇ ਇਵੇਂ ਹੀ ਸਾਡੇ ਵੀ ਰਿਪਬਲਿਕ ਸਾਡੇ ਉਹੀ ਸਿਸਟਮ ਹੈ ਇਹਦੇ ਕੋਲ ਕੋਈ ਪਾਵਰ ਨਹੀਂ ਹੈ ਅਤੇ ਇਸ ਕਰਕੇ ਇਹਨੂੰ ਜਿਹੜਾ ਵੀ ਥੱਲੇ ਆਉਂਦਾ ਫੈਸਲਾ ਕੈਬਨਿਟ ਦਾ ਜਾਂ ਪ੍ਰਾਈਮ ਮਿਨਿਸਟਰ ਦਾ ਉਹ ਇਹਨੂੰ ਮੰਨਣਾ ਪੈਂਦਾ ਅਤੇ ਇਹ ਤਾਂ ਇਹ ਕਿੰਨਾ ਕੁ ਅੰਦਰੋਂ ਔਖਾ ਸੀ ਔਖਾ ਰਿਹਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਚਾਹੁੰਦਾ ਨਹੀਂ ਸੀ ਵੀ ਹਮਲਾ ਹੋਵੇ ਅਤੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਕਰ ਕੀ ਸਕਦਾ ਸੀਗਾ ਨਹੀਂ ਕੀਤਾ ਉਹਦੇ ਨਾਂ 'ਤੇ ਹੀ ਸਾਰੀ ਫੌਜ ਦਾ ਸਾਰਾ ਕੁਛ ਹੋਇਆ ਉਹਦੇ ਨਾਂ 'ਤੇ ਤਾਂ ਅਪੁਆਇੰਟਮੈਂਟ ਹੁੰਦੀ ਹੈ ਤੁਸੀਂ ਇਹ ਦੇਖੋ ਵੀ 7 ਤਰੀਕ ਨੂੰ ਹਜੇ ਦਰਬਾਰ ਸਾਹਿਬ ਵਿੱਚ ਜਿਹੜਾ ਇਹ ਓਪਰੇਸ਼ਨ ਹੈ ਖਤਮ ਹੀ ਹੋਇਆ ਸੀ ਉਹ ਉਦੋਂ ਹੀ ਕਹਿਣ ਲੱਗ ਗਿਆ ਵੀ ਮੈਂ ਜਾਣਾ 8 ਤਰੀਕ ਨੂੰ ਹੀ ਆ ਗਿਆ ਸੀ 8 ਜੂਨ ਨੂੰ ਹੀ ਹਜੇ ਕਿ ਬੜੀ ਮੁਸ਼ਕਲ ਨਾਲ ਉਹ ਸਫਾਈ ਕੀਤੀ ਪ੍ਰਕਰਮਾਂ ਦੀ ਨਹੀਂ ਉਹਦੇ 'ਚ ਲਹੂ ਅਤੇ ਹੋਰ ਸਾਰਾ ਕੁਛ ਪੰਜਾਬੀ ਸੂਬੇ ਤੋਂ ਆਉਂਦੇ ਆਉਂਦੇ ਖਾਲਿਸਤਾਨ ਤੱਕ ਗੱਲ ਪਹੁੰਚ ਗਈ ਭਿੰਡਰਾ ਵਾਲੇ ਦਾ ਜ਼ਿਕਰ ਹੁੰਦਾ ਕਿ ਭਿੰਡਰਾ ਵਾਲੇ ਨੇ ਵਾਕਿਆ ਖਾਲਿਸਤਾਨ ਦੀ ਕਦੇ ਮੰਗ ਰੱਖੀ ਸੀ ਸਾਹਮਣੇ ਕਿਉਂਕਿ ਜਿੰਨੇ ਕੁ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿ ਭਿੰਡਰਾ ਵਾਲੇ ਦੇ ਸ਼ਬਦਾਂ 'ਚ ਤਾਂ ਸੁਣਿਆ ਨਹੀਂ ਕਿ ਖਾਲਿਸਤਾਨ ਦੀ ਸਿੱਧੇ ਤੌਰ 'ਤੇ ਕਿਤੇ ਮੰਗ ਕੀਤੀ ਹੋਵੇ ਖਾਲਿਸਤਾਨ ਦੀ ਮੰਗ ਸੰਤ ਪਿੰਡਾਂ ਵਾਲਿਆਂ ਨੇ ਤਾਂ ਕੀਤੀ ਨਹੀਂ ਉਹ ਤਾਂ ਅਖੀਰ ਤੱਕ ਕਹਿੰਦਾ ਰਿਹਾ ਮੈਂ ਇਸ ਦੇ ਅਨੰਦਪੁਰ ਸਾਹਿਬ ਦੇ ਮਤੇ 'ਤੇ ਖੜ੍ਹਾ ਉਹ ਸਾਂਝਾ ਜਿਹੜਾ ਧਰਮ ਯੁੱਧ ਮੋਰਚਾ ਲੱਗਿਆ ਸੀ ਉਹ ਸਾਰਿਆਂ ਧਿਰਾਂ ਵੱਲੋਂ ਫੈਸਲਾ ਇਹ ਹੋਇਆ ਸੀ ਵੀ ਅਨੰਦਪੁਰ ਸਾਹਿਬ ਦੇ ਰੈਜੋਲੂਸ਼ਨ ਉੱਤੇ ਮਤੇ ਉੱਤੇ ਜਿਹੜਾ ਕਿ ਵੱਧ ਅਧਿਕਾਰਾਂ ਦੀ ਗੱਲ ਵੀ ਕਰਦਾ ਸੀ ਕੁਛ ਧਾਰਮਿਕ ਮੰਗਾਂ ਵੀ ਸੀ ਸਿੱਖਾਂ ਦੀਆਂ ਅਤੇ ਉਹਦੇ ਉੱਤੇ ਲੜਨਾ ਇਸ ਕਰਕੇ ਉਹਨੇ ਖਾਲਿਸਤਾਨ ਨਹੀਂ ਅਨਾਊਂਸ ਕੀਤਾ ਖਾਲਿਸਤਾਨ ਤਾਂ ਉਦੋਂ ਵੀ ਨਹੀਂ ਅਨਾਊਂਸ ਕੀਤਾ ਜਿਹੜੀ ਰਮੇਸ਼ ਚੰਦਰ ਸਿੰਘ ਦੀ ਕਿਤਾਬ ਹੁਣ ਆ ਗਈ ਉਹਦੇ ਕਿਹਾ ਵੀ ਉਹ ਸੈਂਟਰਲ ਗੌਰਮੈਂਟ ਨੇ
इंदिरा गांधी की गौरमेंट ने यह बहुत प्रचार किया भी असी जल्दी तो जल्दी हमला किया भी सानू पता लगे सी 5 या 7 तरीक न यही सोवियत यूनियन की उस वेले की जी कम्यूनिस्ट पार्टी की पार्टी वालों सरकार इंटैलीजेंस आई सी भी 5 या 7 तरीक न खालिस्तान अनाउंस कर देंगे तो पाकिस्तान उन्होंने रिकोगनाइज कर दो खालिस्तान को। इस करके असी बड़ी तेजी ना हमला किया गुरु अर्जन देव के शहीदी दिन ते किया ते पर ये गल प्रचार वाली सी जदों अंदर ये भी गल है जाके अंदर जदों उत्थे जो हमला हो गया 4 तरीक नूं उहदे कोले संत कोले दो तीन बंदे गए है जिन्हां दा पता नहीं कौन सीगे उह कहिंदे वी तुसीं खालिस्तान दा नाम ऐलान करो। संत पिंडरांवाले ने कोई नहीं किया, कहिंदा लौंगोवाल तो करवा लो जाके, वह मोर्चे का साडा हैड है इंचार्ज है, मोर्चा डिकटेटर कहिंदे हुंदे सी संत हरचंद सिंह लौंगोवाल नूं। ना हरचंद सिंह लौंगोवाल ने किया, ना संत जरनैल सिंह पिंडरांवाले ने किया। जे कई लोग कहिंदे वी नहीं रखी गई हुंदी तां जो हमला हो ही गया सीगा, हमले वेले फिर वह कहिंदा वी हाँ मैं हुण ऐलान करदा संत पिंडरांवाला, नहीं किया ऐलान संत पिंडरांवाले नाल लास्ट मोमेंट तक। उहदी किताब आ हुणे आई है थोड़े दिन पहलां ते उहदा रिव्यू छपिया सारे अखबारां च कल ते परसों दे विच, उहदे कहा वी किसी भी लैवल ते जां सानू भी पता है एज ए रिपोर्टर भी मैं उदू बाद भी उत्थे रहा भी जे फर्ज किया भी उन्हें खालिस्तान अनाउंस किया हों संत पिंडरांवाले ने तो फिर 29 अप्रैल 1986 नूं पंथक 5 मैंबरी पंथक कमेटी नूं क्यों दरबार साहब तो करना पैंदा, उन्होंने मगरों किया 2 साल बाद जिहड़ा हमला के, वह तुहानूं पता नहीं होना 2 साल बाद फिर उन्होंने यह खालिस्तान का ऐलान किया दरबार साहब के विचों। इस करके ये सारिया गल्लां संत तक कोई गल नहीं है जी। हाँ जी, एक सवाल यह है कि जो पिंडरांवाले का जिक्र आता है कि इंदिरा गांधी आमने सामने, उसका सब तो वड्डा कारण इंदिरा गांधी नू वोट बैंक हिंदुओं का देखिया कि हिंदुओं का वोट बैंक है, कि वाकई पिंडरांवाले एंटी हिंदू सी जो हिंदुओं का वोट बैंक लै सकती सी उत्थों इंदिरा गांधी? नहीं हुंदा, सवाल हुंदा भी हुण कोई मुसलमाना दे फर्ज की तो अज हिंदू राष्ट्र की गल चलती है मोदी लैवल से, वो मुसलमाना दे किसे कदे मस्जिद ते कदे किसे ते मसला उठाउंदे आ, कदे उन्होंने ट्रिपल तलाक 3 तलाक का मसला उठाता तो कदे उन्होंने हिजाब का मसला उठाता। हुण ये मसलियां नाल हिंदू जिहड़ा समाज आ उहदे विच बहुत गिणती नूं उहदे विच बहुत वधिया बंदे पए आ हिंदू तो मेरे बहुत ज़्यादा, मैं 25 साल उत्थे पत्रकारी कीती आ, सारे मेरे हिंदू दोस्त रहे आ दिल्ली ते इस करके कोई हिंदुआ करके नहीं, उन्हां विच एक बहुत वड्डा तबका हैगा। पहली गल तो यह भी बहुत वड्डा हिंदुआ का समाज है, इस देश की 130 करोड़ पापूलेशन 100 करोड़ तो उत्ते तो हिंदू होवे, 100 करोड़ तो उत्ते उत्ते एड्डी पापूलेशन तो दुनिया के किसी हिस्से च नहीं है। फिर उन्हां विचों कम से कम थोनू वोटा लई किन्नी चाहीदी है भी 30 या 40% थोनू वोटा मिल जाए तो तुसी हुण तक का सारा रिकॉर्ड है इलैक्शन का, उहदे 30-40% वोटा चाहीदी है। तो 1 करोड़ एडे वड्डे हिंदू समाज चों, एडे वे हिंदू समाज चो 80% हिंदू समाज चो की औखा 30-40% बंदे होंगे ही आम सधारण जोड़े इस भावना च आ जाते हैं। इस करके मनोरिटी से अटैक करके मजोरिटी कट्ठा किया जाता जिसनों अंग्रेजी कहने असी कंसोलीडेट किया जाता, यह नहीं होंगे भी मनोरिटी वो विरोध करके है, मनोरिटी दे उत्तों कहाया जाता बंद तो जिमें हम खालिस्तान कहाया गया तो सारा हिंदू समाज कहू भी देश तोड़ के दिखाउण हो चा 2% सिख सारा इकट्ठा हो जू इस गलते, वो कहने भी किमें तोड़नगे आज जो जिन्होंने सरकार ने बचा लिया आम लोगों ने अटैक करते, वो आम लोगों के दिमाग में आह पंजाब वाली गल ही खड़ी हुई सी जिहड़ी 6 महीने पहला वापरी सी दरबार साहब। इस करके उन्होंने सिखाने की लोड़ नहीं होंगी, भावना भरनी होंगी है, एक छोटी मनोरिटी से हमला करके बड़ी मनोरिटी एक भावना भर जाती है भी ये करनगे किमें साढ़े नाल, जिवें हुण सारी गल दे विच यही किया जाता अज मुसलमाना दे हिजाब वगैरह वगैरह हिजाब तो मुसलमान जदों दे आया 1000 साल ईस्वी के उस हिजाब तो चली जाता, इसे मुल्क च ही हिजाब रखा वा, इसे बुरका इसे मुल्क च ही है, किसी ने कदे नहीं किया। हुण वोटां दी लोड़ पई तां इस हिजाब के मसले नूं उठाता, हाँ तो हिंदुआ नूं ये हो गया भी हिंदू समाज में यह भावना बन जाती है भी असी तो बड़े साफ अब बहुत इन्हों तो चंगे हैं तो की है बंदे गंदे होंगे मुसलमान आए रेंदे वो इस किस्म दी भावना भरिया जाए तो फिर एक समाज कट्ठा हो जाता है, वो कट्ठा करना होंगे। एक चिट्ठी का बड़ा जिक्र आता है कि एक SGPC या श्रोमणी
अकाली दल वालों की चिट्ठी ली जाती है, उस तो बाद सारी चीज़ें वापरदी, चिट्ठी के पिछे की सच्चाई हैगी है? चिट्ठी फ्रॉड है सारा, कोई चिट्ठी नहीं है। दो साल तो मोर्चा चल रहा है सारा, दो साल दियां तो 26 मीटिंगां हो गईं, चिट्ठी करके अकाली दल 26 बार मिल के आए है। जिहड़ी सब तो लेटैसट मीटिंग हुई है मई दे 15-20 दे नेड़ तेड़ हुई है, दरबार साहब ते हमला करन तो कुछ दिन पहले ही हुई है मीटिंग, तो चिट्ठी दी की लोड़ रहेगी? अकाली जाके दिल्ली मीटिंग करके आउंदे सी, तो चिट्ठी दी की लोड़ रहेगी कि भी इत्थों चिट्ठी जाऊगी तो फिर हमला करो? नाले चिट्ठियां नाल हमले थोड़े होंगे, सरकारां दे फैसले लंबे तरीके नाल होंगे। सरकार का तो यह फैसला सी, अकालियां नाल गल भी कर रही सी उधर चकरौता पहाड़ां दे विच उत्तराखंड दे विच, ते दरबार साहब का बना के मॉडल उहदे ते किवें अटैक करना उहदी तैयारी भी हो रही सी। एक हैलीकॉप्टर बकायदा फोटो लैंदा रहा सी सारा, लगातार किन्ने चिर दा हैलीकॉप्टर लाया सीगा इत्थे सरकार ने, वो लगातार रोज़ दियां फोटो तैयार करके भेजदा सी दिल्ली। वो ये सारा सरकारां सारे इंतजाम बराबर कर दियां होंदियां, ये सधारण बंदियां दियां गल्लां वी, चिट्ठी गई ते हमला करता, इहदे च कोई सच्चाई नहीं। संघ जां भाजपा की गल कर लीए, अज कांग्रेस पार्टी नूं जिम्मेवार सारे कासे दे लई मंनदा हैगा, पर उस वक्त की भूमिका संघ या भाजपा की किहो जी सी? क्योंकि हिंदू तबके लिए वो मन्या जाता कि हिंदू अप्रो हिंदू हैगी भाजपा, उस समय की भूमिका सीगी? अप्रो हिंदू का सवाल नहीं, वो एक्चुअली जिवें अकाली दल सिख पार्टी से वो हिंदू पार्टी सी, इहदे च कोई रौला ही नहीं है। बीजेपी हिंदू पार्टी है, किसी नूं कोई उन्हां नूं कहण च इतराज नहीं, उन्हां नूं मन्नण च इतराज नहीं। इत्थे अकालियां नूं हुण तां 96-96 च इन्हां ने आपदा पंजाबी पार्टी बनाई, उदों पहलां अकाली पार्टी सिखां दी पार्टी सी, इहदे च किसी नूं कोई गुनाह नहीं कहण च दे। इस करके भाजपा हिंदुआं दी पार्टी है, भाजपा दी मां है जिहड़ी, ओह भाजपा जिहड़ी RSS दी फ्रंट ऑर्गेनाइजेशन है, उहदी मतलब कि पोलीटिकल उहदा विंग है मोटे लैवल ते। तुसी पढ़ के देख लो 1948 विच नेहरू नूं बहुत जोर लाउंदे सी वी तुसी सारे देश नूं हिंदू हिंदू राष्ट्र च खड़ा करो, उह अज दी गल थोड़ा चली आउंदी आ। उह अज हुण बीजेपी कोल ताकत आ गई, जां जिहड़ी हिंदू पार्टी है, तुसी कोई भी रिपोर्ट पढ़ लो दुनिया च, कल्ला इंडिया छड्ड के तां बाहरले सारे पेपर सारे लोग बीजेपी नूं हिंदू नैशनल पार्टी कहिंदे आ। वो तो हैगी, उहदे तों उहदा आपदा एजेंडा है, वह कोई लुकिया छुपिया एजेंडा नहीं उहनां दा, उहनां ने राष्ट्र बनाउणा। भूमिका की रही उहनां दी? की उहनां दी भूमिका? बिल्कुल इंदिरा गांधी दे नाल सी, बालाजी देवरस RSS दे मुखी सी, उहनां नाल बीजेपी दा वो RSS मुखी दा समझौता हो गया सी इहदे नाल, उहनां दिनां च इंदिरा गांधी नाल उहदा स्पष्ट रूप च समझौता होया। दिल्ली दीआं कारपोरेशन दीआं सारीआं चोणां RSS दी मदद नाल कांग्रेस ने जित्तियां, जम्मू दीआं सारीआं चोणां जित्तियां, सब नूं उहनां दिनां च पता सी ते इह रिकॉर्ड ते आ वी इह बीजेपी नाल समझौता हो बीजेपी दा सॉरी RSS दा समझौता कांग्रेस नाल हो गया सी। इस करके कांग्रेस उस वेले दी इक हिंदू पार्टी है, किसी नूं कोई इतराज नहीं है, देश बहुत वड्डा है, हिंदू की गिणती बहुत है, उन्हां दी अपनी पार्टी है, ये गल का कोई इतराज नहीं है किसी नूं। इस करके सीगे, पर हिंदू कहण नाल तां कोई फर्क नहीं पैंदा, हिंदुआ विच कॉम्युनिस्ट भी बहुत है, नैक्सलाइट भी हिंदुआ च हैगे आ, सैकूलर भी हैगे आ, वक्रे वक्रे किस्म के बंदे हैगे आ, सारे किस्म के हरेक समाज च हुंदे आ, तां पर वड्डी गिणती हरेक समाज के बिच एक धर्म वालिआं दी हुंदी आ, वह हिंदुआ च भी हैगी आ, सिखां च भी हैगी आ, जिन्ना क समाज आ सिख छोटा, इस करके हैगी आ। जसपाल सिंह सिद्धू होना दे नाल गलबात की, काफ़ी कुछ तत्थ उन्होंने सामने रखे कि जिस हिसाब के नाल भिंडरांवाले ने कदे खालिस्तान की मंगनी की, किवें इंदिरा गांधी ने शुरू दे विच भिंडरांवाले नूं उभारिया, तो उस तो बाद हिंदू वोट नूं कंसोलीडेट करन वास्ते ये सारी चीज़ां घटनाक्रम वापरिया। कैमरा परसन सरबजीत दे नाल आशु अनेजा, लिविंग इंडिया न्यूज़, चंडीगढ़।